दोस्तों अज की इस खबर विच आपां गल करदे आं कि फेसबुक दे जरिए लड़की दी किसे लड़के नाल हुई मुलाकात। लड़के ने उसनू पार्क विच बुलाया, बुलाउण तों बाद उसनू झाड़ियां दे विच लै गया ते फिर जो वीडियो वायरल जिहड़ी हो रही है ओह जदों वेखी लोकां ने तां लोकां ने दोस्ती तों भरोसा करना शुरू कर दिता। इस खबर नू शुरू तों लैके आखिर तक जरूर वेखना क्योंकि यह खबर किते ना किते साड़ी जिंदगी दे नाल भी जुड़ी हुई है। सोशल मीडिया का युग है और सोशल मीडिया दे युग दे तहत थानू पता ही है कि आए दिन फेसबुक इंस्टाग्राम ते होर बहुत सारिया एप्स ने जिस दे जरिए एक दूजे दे नाल आपां संपर्क विच रहिंदे हां। लेकिन मुबारकबाद दे पात्र ने वो लड़के ते लड़कियां जिन्हां ने अपनी मां बाप की इज्जत नू बरकरार रखिया होया है। लेकिन फिर भी कुछ अजिहे लड़के लड़कियां ने जो लुक छिप के कुछ ना कुछ अजिहा करदे ने जिसका जो मां बाप नू पता लगदा है ते उसनू इस गल दी रंजिश हो जांदी है मन ही मन विच और अपने बच्चियां दे प्रति मन ही मन दे विच नफरत हो जांदी है कि साडा खून सानू इस तरह बेइज्जत करेगा। इस लड़की दी भी किसे लड़के दे नाल दोस्ती हो गई फेसबुक दे जरिए इंस्टाग्राम दे जरिए, लेकिन उस तो बाद दोस्तियां बहुत ज्यादा मतलब जिहड़ियां दूरियां सी ਉਹ ਨਜ਼ਦੀਕੀਆਂ ਵਿੱਚ ਬਦਲ ਗਈਆਂ। ਇੱਕ ਦਿਨ ਲੜਕੇ ਨੇ ਉਸਨੂੰ ਪਾਰਕ ਵਿੱਚ ਬੁਲਾਇਆ ਔਰ ਬੁਲਾ ਕੇ ਉਸਦੇ ਨਾਲ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਮਤਲਬ ਲੜਕੀ ਵੀ ਖੂਬਸੂਰਤ ਸੀ ਲੜਕਾ ਵੀ ਬਹੁਤ ਖੂਬਸੂਰਤ ਸੀ, ਲੇਕਿਨ ਦੋਵੇਂ ਜਿਹੜੇ ਸੀ ਕਹਿ ਸਕਦੇ ਹਾਂ ਕਿ ਮਤਲਬ ਉਹਨਾਂ ਦੀ ਜਿਹੜੀ ਉਮਰ ਸੀ ਉਹ ਬਿਲਕੁਲ ਉਸਦੇ ਲਾਇਕ ਸੀ, ਮੈਰਿਜ ਦੇ ਲਾਇਕ ਸੀਗੀ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਲੜਕਾ ਜਿਹੜਾ ਹੈ ਉਹ ਮਤਲਬ ਕੁਛ ਸ਼ੈਤਾਨ ਭਰੀਆਂ ਨਜ਼ਰਾਂ ਨਾਲ ਉਸ ਲੜਕੀ ਵੱਲ ਦੇਖ ਰਿਹਾ, ਹਾਲਾਂਕਿ ਲੜਕੀ ਵੀ ਸਮਝ ਰਹੀ ਹੈ ਕਿ ਕੁਛ ਨਾ ਕੁਛ ਦਾਲ ਵਿੱਚ ਕਾਲਾ ਹੈ। ਲੇਕਿਨ ਉਸ ਦੇ ਬਾਵਜੂਦ ਲੜਕਾ ਉਸਨੂੰ ਕਿਸੇ ਨਾ ਕਿਸੇ ਤਰ੍ਹਾਂ ਚਾਹ ਪਾਣੀ ਦੇ ਬਹਾਨੇ ਝਾੜੀਆਂ ਦੇ ਵਿੱਚ ਲੈ ਗਿਆ। ਪਾਰਕ ਦੇ ਵਿੱਚ ਬਹੁਤ ਸਾਰੀ ਜਗ੍ਹਾ ਸੀ, ਹੋਰ ਵੀ ਬਹੁਤ ਸਾਰੇ ਲੋਕ ਸਨ, ਲੇਕਿਨ ਲੜਕੇ ਨੇ ਪਹਿਲਾਂ ਹੀ ਦਿਲ ਦੇ ਵਿੱਚ ਵਿਉਂਤਬੰਦੀ ਬਣਾਈ ਹੋਈ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਇਹਨਾਂ ਝਾੜੀਆਂ ਦੇ ਵਿੱਚ ਬੈਠ ਕੇ ਕੁਛ ਨਾ ਕੁਛ ਆਪਾਂ ਕਰ ਸਕਦੇ ਹਾਂ। ਲੜਕੇ ਨੇ ਉਹੀ ਕੀਤਾ ਕਿ ਆਪਾਂ ਆਲੇ ਦੁਆਲੇ ਥੋੜਾ ਜਿਹਾ ਮੂਵਮੈਂਟ ਲੈਂਦੇ ਹਾਂ, ਘੁੰਮਦੇ ਹਾਂ ਔਰ ਘੁੰਮਣ ਦੇ ਬਹਾਨੇ ਹੌਲੀ ਹੌਲੀ ਉਹ ਲੜਕੀ ਜਿਹੜੀ ਹੈ ਉਸਦੇ ਪਿੱਛੇ ਪਿੱਛੇ ਉਸਦੇ ਨਾਲ ਨਾਲ ਜਿਹੜੀ ਹੈ ਉਹ ਉਸ ਪਾਰਕ ਤੋਂ ਬਾਹਰ ਪੈਂਦੀਆਂ ਝਾੜੀਆਂ ਵੱਲ ਚਲੇ ਗਈ। ਲੜਕੇ ਦਾ ਦਿਲ ਬੇਈਮਾਨ ਹੋ ਗਿਆ। ਲੜਕੇ ਦਾ ਦਿਲ ਜਦੋਂ ਬੇਈਮਾਨ ਹੋਇਆ ਤੇ ਉਸਦੇ ਨਾਲ ਨਜ਼ਦੀਕੀਆਂ ਵਧਣ ਲੱਗੀਆਂ। ਹਾਲਾਂਕਿ ਲੜਕੀ ਸਭ ਕੁਛ ਜਾਣਦੀ ਸੀ, ਲੇਕਿਨ ਲੜਕੀ ਵੀ ਬੇਬਸ ਸੀ ਕਿਉਂਕਿ ਉਸਨੂੰ ਅਜਿਹਾ ਖੂਬਸੂਰਤ ਲੜਕਾ ਮਿਲਿਆ ਹੀ ਪਹਿਲੀ ਵਾਰ ਹੈ। ਲੇਕਿਨ ਉਹ ਨਾ ਤਾਂ ਗੋਣਾ ਚਾਹੁੰਦੀ ਸੀ ਤੇ ਨਾ ਹੀ ਮਤਲਬ ਉਹ ਕੁਛ ਅਜਿਹਾ ਕਰਨਾ ਚਾਹੁੰਦੀ ਸੀ ਜਿਸ ਦੇ ਨਾਲ ਮਤਲਬ ਉਹਦੀ ਜਿਹੜੀ ਦੋਸਤੀ ਹੈ ਉਸਦੇ ਵਿੱਚ ਫਿੱਕ ਪੈ ਜਾਵੇ। ਹਾਲਾਂਕਿ ਲੜਕਾ ਜਿਹੜਾ ਸੀ ਲੜਕਾ ਇਸ ਤਰ੍ਹਾਂ ਦਾ ਸੀ ਕਿ ਤੂੰ ਨਹੀਂ ਤੋ ਕੋਈ ਔਰ ਸਹੀ ਔਰ ਨਹੀਂ ਤੋ ਕੋਈ ਔਰ ਸਹੀ। ਉਸ ਲੜਕੇ ਦੇ ਦਿਲ ਦੇ ਵਿੱਚ ਉਸ ਲੜਕੀ ਦੇ ਪ੍ਰਤੀ ਕੋਈ ਇੱਜ਼ਤ ਦੋਸਤੀ ਦੀ ਇੰਨੀ ਜ਼ਿਆਦਾ ਭੁੱਖ ਨਹੀਂ ਸੀ, ਲੇਕਿਨ ਉਸਦੇ ਜ਼ਿਹਨ ਦੇ ਵਿੱਚ ਸਿਰਫ ਤਾਂ ਸਿਰਫ ਸਰੀਰਕ ਭੁੱਖ ਸੀ। ਲੇਕਿਨ ਉਸ ਲੜਕੇ ਨੇ ਉਹੀ ਕੰਮ ਕੀਤਾ ਜਿਸ ਦਾ ਡਰ ਸੀ ਔਰ ਉਸ ਸਰੀਰਕ ਭੁੱਖ ਨੂੰ ਬੁਝਾਉਣ ਵਾਸਤੇ ਉਸਨੇ ਉਹ ਕਦਮ ਚੱਕ ਲਿਆ ਜਿਸ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ। ਦੋਸਤੋ ਇਸ ਸਾਰੀ ਖਬਰ ਨੂੰ ਸੁਣਾਉਣ ਦਾ ਮਤਲਬ ਇਹੀ ਹੈ ਕਿ ਮਤਲਬ ਦੋਸਤੀ ਹੁੰਦੀ ਹੈ ਫੇਸਬੁੱਕ ਦੇ ਜ਼ਰੀਏ, ਇੰਸਟਾ ਦੇ ਜ਼ਰੀਏ, ਹੋਰ ਬਹੁਤ ਸਾਰੀਆਂ ਐਪਸ ਉਹਦੇ ਜ਼ਰੀਏ ਦੋਸਤੀ ਹੋ ਜਾਂਦੀ ਹੈ, ਪਰ ਦੋਸਤੀ ਨੂੰ ਦੋਸਤੀ ਤੱਕ ਹੀ ਸੀਮਤ ਰੱਖਿਆ ਜਾਵੇ ਤਾਂ ਕਿ ਮਾਂ ਬਾਪ ਦੀ ਇੱਜ਼ਤ ਜਿਹੜੀ ਹੈ ਉਹ ਮਿੱਟੀ ਵਿੱਚ ਰੁਲਣੋਂ ਰੁਕ ਜਾਵੇ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ
तुसी संपर्क कर सकते हो 9478484087। नंबर एक बार फिर तुसी नोट कर सकते हो 9478484087।